ਇਹ ਬਣਾਉਣਾ ਬਹੁਤ ਹੀ ਸੌਖਾ ਹੈ। ਇਸ ਲਈ ਤੁਹਾਨੂੰ ਇੱਕ ਲੰਬਾ ਸਕਰਿਊ ਅਤੇ ਵਾਸ਼ਰ ਚਾਹੀਦੇ ਹਨ। ਇੱਕ ਲੱਕੜ ਦਾ ਤੱਲਾ ਲਓ ਅਤੇ ਉਸ ਦੇ ਉੱਪਰ ਇੱਕ ਲੰਬਾ ਸਕਰਿਊ ਲਗਾ ਦਿਓ। ਹੁਣ ਇੱਕ ਵਾਸ਼ਰ ਲਓ ਜਿਸ ਦੇ ਅੰਦਰਲਾ ਡਾਇਆਮੀਟਰ ਸਕਰਿਊ ਦੇ ਬਾਹਰਲੇ ਡਾਇਆਮੀਟਰ ਤੋਂ ਵੱਡਾ ਹੋਣਾ ਚਾਹੀਦਾ ਹੈ। ਹੁਣ ਉਸ ਵਾਸ਼ਰ ਨੂੰ ਸਕਰਿਊ ਵਿੱਚ ਪਾ ਦਿਓ ਅਤੇ ਉਹ ਘੁੰਮਦਾ ਹੋਇਆ ਨੱਚਦਾ ਹੋਇਆ ਨੀਚੇ ਆਵੇਗਾ। ਉਹ ਇੱਕ ਵਧੀਆ ਆਵਾਜ਼ ਵੀ ਦੇਵੇਗਾ। ਹੁਣ ਤੁਸੀਂ ਇਹ ਤਿੰਨ ਵਾਸ਼ਰ ਨਾਲ ਕਰਕੇ ਵੇਖੋ, ਇਹ ਬਹੁਤ ਹੀ ਵਧੀਆ ਲੱਗੇਗਾ।